ਪੰਜਾਬ ਵਿੱਚ ਨਸ਼ੇ ਦੇ ਵਗਦੇ ਦਰਿਆ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜਿੱਥੇ ਕਿ ਨਸ਼ਾ ਤਸਕਰ ਆ ਜਿਹੜੇ ਉਹ ਵੀ ਨਵੇਂ ਨਵੇਂ ਹੱਥਕੰਡੇ ਅਪਣਾ ਰਹੇ ਹੈ ਤਾਜ਼ਾ ਮਾਮਲਾ ਨਾਭਾ ਬਲਾਕ ਦੇ ਪਿੰਡ ਦੋਦਾ ਤੋਂ ਜਿੱਥੇ ਕਿ ਪਿੰਡ ਦੋਦਾ ਦਾ ਕੁਲਦੀਪ ਸਿੰਘ ਨਾਂ ਦਾ ਵਿਅਕਤੀ ਆਪਣੇ ਘਰ ਦੇ ਪਲਾਂਟ ਵਿੱਚ ਖਸਖਸ ਦੀ ਖੇਤੀ ਕਰ ਰਿਹਾ ਸੀ ਉਸਨੇ ਖਸਖਸ ਦੇ ਬੂਟੇ ਲਾਏ ਹੋਏ ਸਨ ਤਾਂ ਮੌਕੇ 'ਤੇ ਜਦੋਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਤਾਂ ਉਹਨਾਂ ਨੇ ਕੁਲਦੀਪ ਸਿੰਘ ਦੇ ਘਰ ਜਾ ਕੇ ਰੇਡ ਕੀਤੀ ਤਾਂ ਉਹਨਾਂ ਦੇ ਪਲਾਂਟ ਵਿੱਚੋਂ ਪੁਲਿਸ ਨੂੰ 6 ਕਿਲੋ 400 ਗ੍ਰਾਮ ਖਸਖਸ ਦੇ ਜਿਹੜੇ ਬੂਟੇ ਆ ਬਰਾਮਦ ਹੋਏ ਪਰ ਜਿਹੜਾ ਦੋਸ਼ੀ ਕੁਲਦੀਪ ਸਿੰਘ ਸੀਗਾ ਉਹ ਮੌਕੇ ਤੋਂ ਭੱਜਣ ਵਿੱਚ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਇਸ ਮੌਕੇ ਜਾਂਚ ਕਰ ਰਹੇ ਅਧਿਕਾਰੀ ਲਾਲ ਚੰਦ ਨੇ ਦੱਸਿਆ ਕਿ ਜਲਦ ਹੀ ਕੁਲਦੀਪ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਇਹਦੇ ਖਿਲਾਫ਼ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਂ ਉਸਦੇ ਖਿਲਾਫ਼ ਹੁਣ ਮਾਮਲਾ ਦਰਜ ਕਰ ਲਿਆ ਗਿਆ ਕੱਲ੍ਹ ਐੱਸ ਆਈ ਮੋਹਨ ਸਿੰਘ ਨੇ ਚੋਆਪੁਰ ਟਿੰਗੀ ਕਸ ਦੇ ਸੰਬੰਧ 'ਚ ਮੌਜੂਦ ਸੀ ਤਾਂ ਉਹਦੇ ਕੋਲ ਮੁਖਰ ਖਾਸ ਨੇ ਸਲਾਹ ਦਿੱਤੀ ਆ ਕੇ ਵੀ ਕੁਲਦੀਪ ਸਿੰਘ ਹੈ ਜਿਹੜਾ ਸਾਨੂੰ ਲਾਲ ਸਿੰਘ ਵਾਸੀ ਪਿੰਡ ਦੋਤਾ ਉਹਨੇ ਆਪਣੇ ਘਰ ਦੇ ਸਾਹਮਣੇ ਖਸਖਸ ਦੇ ਬੂਟੇ ਬੀਜੇ ਹੋਏ ਨੇ ਅਤੇ ਉਹਨਾਂ ਨੂੰ ਪਾਣੀ ਲਾ ਰਿਹਾ ਜਦੋਂ ਐੱਸ ਆਈ ਮੋਹਨ ਸਿੰਘ ਗਿਆ ਤਾਂ ਉੱਥੋਂ ਜਿਹੜਾ ਉਹ ਬੰਦਾ ਹੈ ਨਹੀਂ ਸੀ ਉੱਥੋਂ ਇਹ 6 ਕਿਲੋ 400 ਗ੍ਰਾਮ ਖਸਖਸ ਦੇ ਬੂਟੇ ਨੇ ਜਿਹੜੇ ਬਰਾਮਦ ਕੀਤੇ ਗਏ ਜਿਹਨਾਂ ਨੂੰ ਕਬਜ਼ਾ ਪੁਲਿਸ ਲੈ ਗਿਆ ਇਸ ਸੰਬੰਧੀ ਮੁਕੱਦਮਾ ਨੰਬਰ 60/16/2021 ਦਰਜ ਰਜਿਸਟਰ ਕੀਤਾ ਗਿਆ ਪਹਿਲਾਂ ਵੀ ਕੋਈ ਹੈਗਾ ਕ੍ਰਿਮੀਨਲ ਕੋਣ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਸੀ ਐਨਡੀਪੀਸੀ ਐਕਟ ਇਹ ਹੋਰ ਵੀ ਪਹਿਲਾਂ ਵੀ ਬੀਜਦਾ ਰਿਹਾ ਜੀ ਬੰਦਾ ਗ੍ਰਿਫਤਾਰ ਕਰ ਲਏ ਨਹੀਂ ਗ੍ਰਿਫਤਾਰ ਨਹੀਂ ਹੋਇਆ ਬੰਦਾ ਮੌਕੇ 'ਤੇ ਮਿਲਾਉਣੇ ਸੀ ਭਾਲ ਜਾ ਰਹੀ ਹੈ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ